शिरोमणि अकाली दल प्रेसिडेंट सुखबीर सिंह बादल हैज अक्यूज्ड द बीजेपी ऑफ ट्राइंग टू फैन कम्युनल टेंशंस इन पंजाब। हिटिंग आउट एट द बीजेपी, हिज पार्टीज फॉर्मर एलाय, ओवर द फार्म बिल्स एंड द सेंट्रल गवर्नमेंट्स हैंडलिंग ऑफ द फार्मर्स प्रोटेस्ट, सुखबीर बादल सेड द बीजेपी हैज स्मैश्ड नेशनल यूनिटी टू पीसेस। बीजेपी इज द रियल टुकड़े टुकड़े गैंग इन द कंट्री। It has smashed national unity to pieces, shamelessly inciting Hindus against Muslims, and now desperate setting peace-loving Punjabi Hindus against their Sikh brethren, especially farmers. They are pushing patriotic Punjab into communal flames, he said in a tweet on Tuesday. ਲੋਕਾਂ ਵਿੱਚ ਜੋ ਜਜ਼ਬਾਤ ਸੁਣਨ ਦੀ ਲੋੜ ਹੈ ਆ ਇੱਕ ਜਜ਼ਬਾਤ ਹੈ ਪੰਜਾਬੀਆਂ ਦੇ ਦੇਸ਼ ਦੇ ਅੰਦਾਜ਼ਾ ਦੇ ਆਪਾਂ ਨਾਰਾ ਕੀ ਹੁੰਦਾ ਸੀ ਜੈ ਜਵਾਨ ਜੈ ਕਿਸਾਨ ਹੁਣ ਜਵਾਨ ਵੀ ਅੰਦੋਲਨ ਚ ਆ ਗਿਆ ਤੇ ਕਿਸਾਨ ਵੀ ਆ ਗਿਆ ਇਹ ਤੋਂ ਵੱਧ ਕੀ ਚਾਹੀਦਾ ਤੁਹਾਨੂੰ ਬੀਜੇਪੀ ਸਰਕਾਰ ਆਪਣੇ ਹੰਕਾਰੀ ਐਟੀਟਿਊਡ ਤੋਂ ਪਿੱਛੇ ਹਟ ਕੇ ਉਹਨਾਂ ਨੂੰ ਗੱਲ ਸੁਣਨੀ ਚਾਹੀਦੀ ਹੈ ਜਿਹੜੇ ਲੋਕਾਂ ਨੇ ਕਾਨੂੰਨ ਬਣਾਇਆ ਉਹਨਾਂ ਨੇ ਜ਼ਿੰਦਗੀ 'ਚ ਖੇਤੀ ਕੀਤੀ ਨਹੀਂ ਸੈਂਟਰ ਦੀ ਮੋਦੀ ਸਰਕਾਰ ਅਫਸਰਾਂ ਤੇ ਕਹਿ ਤੇ ਉਹ ਚੱਲ ਰਹੀ ਹੈ ਤੇ ਅਫਸੋਸ ਇਸ ਗੱਲ ਦਾ ਹੈ ਕਿ ਹੁਣ ਦੇਸ਼ ਨੂੰ ਤੇ ਸੂਬੇ ਨੂੰ ਧਰਮ ਤੇ ਪਾਉਣ ਦੀ ਕੋਸ਼ਿਸ਼ ਕਰੀ ਹੈ ਜਿਹੜਾ ਆ ਕਹਿੰਦੇ ਆ ਟੁਕੜੇ ਟੁਕੜੇ ਗੈਂਗ ਜਿਹਨੂੰ ਵੀ ਜਿਹੜਾ ਉਹਨਾਂ ਦੀ ਸਰਕਾਰ ਦੇ ਹੱਕ 'ਚ ਹੁੰਦਾ ਹੈ ਉਹਨੂੰ ਤਾਂ ਕਹਿੰਦੇ ਕਿ ਆ ਦੇਸ਼ ਭਗਤ ਹੈ ਜਿਹੜਾ ਸਰਕਾਰ ਦੇ ਹੱਕ 'ਚ ਨਹੀਂ ਹੁੰਦਾ ਉਹਨੂੰ ਕਹਿੰਦੇ ਆ ਟੁਕੜੇ ਟੁਕੜੇ ਗੈਂਗ ਸਹੀ ਮੈਨੇ ਤੇ ਅਸਲੀ ਟੁਕੜੇ ਟੁਕੜੇ ਗੈਂਗ ਬੀਜੇਪੀ ਹੈ ਪਹਿਲੇ ਹਿੰਦੂ ਤੇ ਮੁਸਲਮਾਨ ਦੇ ਰਿਸ਼ਤੇ ਟੁਕੜੇ ਟੁਕੜੇ ਕੀਤੇ ਹੁਣ ਜਾਣ ਕੇ ਪ੍ਰਚਾਰ ਕਰ ਰਹੇ ਹੈ ਕਿ ਹਿੰਦੂ ਤੇ ਸਿੱਖ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੇ ਹੈ ਸ਼੍ਰੋਮਣੀ ਅਕਾਲੀ ਦਲ ਕਿਤੇ ਬਰਦਾਸ਼ਤ ਨਹੀਂ ਕਰੇਗਾ ਪੰਜਾਬ ਵਿੱਚ ਭਾਈਚਾਰੇ ਦੀ ਸਾਂਝ ਖਤਮ ਹੋਏ ਜੇ ਬੀਜੇਪੀ ਕੋਸ਼ਿਸ਼ ਕਰੂਗੀ ਹਰ ਕਿਸ ਹੱਦ ਕੁਰਬਾਨੀ ਸ਼੍ਰੋਮਣੀ ਅਕਾਲੀ ਦਲ ਦਊਗਾ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਜਾਨ ਹੈ ਪੰਜਾਬ ਭਾਈਚਾਰਕ ਸਾਂਝ ਅਮਨ ਸ਼ਾਂਤੀ ਦੇ ਬਿਨਾਂ ਨਹੀਂ ਤਰੱਕੀ ਕਰ ਸਕਦਾ ਮੈਂ ਚੇਤਾਵਨੀ ਦੇਣਾ ਚਾਹੁੰਦਾ ਬੀਜੇਪੀ ਲੀਡਰਸ਼ਿਪ ਨੂੰ ਛੋਟੀ ਗੱਲ ਪਿੱਛੇ ਤੁਸੀਂ ਭਰਾਵਾਂ ਨੂੰ ਨਾ ਲੜਾਓ ਉਹ ਜਿਹੜੇ ਕਿਸਾਨ ਬੈਠੇ ਹੈ ਉਹ ਕਿਸਾਨ ਦੇਸ਼ ਭਗਤ ਹੈ ਦੇਸ਼ ਉਹ ਕਿਸਾਨ ਉਹ ਹੈ ਜਿਨ੍ਹਾਂ ਨੇ ਆਪਣੇ ਬੱਚੇ ਸਰਹੱਦਾਂ ਤੇ ਦਿੱਤੇ ਆ ਦੇਸ਼ ਦੀ ਰੱਖਿਆ ਕਰਨ The Akali Dal was one of BJP's oldest ally and had been part of the NDA since its formation. It walked out of the alliance recently over the farm laws and its leader Harsimrat Kaur Badal resigned from the Modi government. Punjab has emerged as the focal point of a nationwide protest, involving thousands of farmers, against the farm laws.